ਉਹਨਾਂ ਨੇ 13 ਮਾਰਚ ਨੂੰ ਜਿਹੜੇ ਕਿ ਆਪਣੇ ਵਰਕ ਪਰਮਿਟ ਖੋਲ੍ਹ ਦੇਣੇ ਆ ਨਿਊਜ਼ੀਲੈਂਡ ਨੇ ਤੇ ਨਿਊਜ਼ੀਲੈਂਡ ਨੇ ਇਹ ਵੀ ਕਿ ਨਾਲ ਕਿਹਾ ਹੋਇਆ ਵਾ ਕਿ ਕਿਉਂਕਿ ਜਿੰਦਾ ਪਹਿਲਾਂ ਸੀਗਾ ਕਿ ਅਗਲੀ ਵੀਡੀਓ ਆ ਜਾਂਦੀ ਆ ਸਵਿਟਜ਼ਰਲੈਂਡ ਦੀ ਸਵਿਟਜ਼ਰਲੈਂਡ ਵੀ ਜਿਹੜਾ ਮਤਲਬ ਕਿ ਆਪਣਾ ਕੀ ਵਰਕ ਪਰਮਿਟ ਜਿਹੜਾ ਕਿ ਖੋਲਣ ਜਾ ਰਿਹਾ ਵਾ ਤੇ ਵਰਕ ਪਰਮਿਟ ਦੀ ਖਬਰ ਹੋ ਗਈ ਹੈ ਮੈਂ ਤੁਹਾਨੂੰ ਨਾਲ ਇੱਥੇ ਦੇ ਦੂੰਗਾ ਤੁਸੀਂ ਸਾਰੇ ਜਾਨੇ ਪੜ੍ਹ ਲਿਓ ਕਿ ਸੁਨਹਿਰੀ ਮੌਕਾ ਆ ਵਧੀਆ ਵੈ ਕਿ 13 ਮਾਰਚ ਤੋਂ ਮੇਰੇ ਹਿਸਾਬ ਨਾਲ ਇੱਕ ਸ਼ੁਰੂ ਹੋਣ ਲੱਗਾ ਸ਼ਾਇਦ ਡੇ ਨਾ ਕੰਟਰੀਆਂ ਦੇ ਜਿਹੜੇ ਕਿ ਵੀਜ਼ਾ ਜਿਹੜੇ ਓਪਨ ਹੋ ਰਹੇ ਨੇ ਫਿਰ ਅੱਗੇ ਆ ਜਾਂਦੀ ਆਪਣੀ ਜਰਮਨੀ ਜਰਮਨੀ ਦਾ ਜਿਹੜਾ ਗਿਆ ਵੈ ਕਿ ਜਰਮਨੀ ਨੇ ਕਿਹਾ ਵੈ ਕਿ ਮੈਂ ਪਿਛਲੇ ਸਾਲ ਜਿਹੜੇ ਮਤਲਬ 2021 ਪਹਿਲਾ 20 ਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਮੇਰੇ ਭਰਾ ਸਾਰੇ ਘੈਂਡ ਹੋ ਆਈ ਹੋਪ ਕਿ ਤੁਸੀਂ ਸਾਰੇ ਘੈਂਡ ਹੋਵੋਗੇ ਤਾਂ ਜਿੱਦਾਂ ਕਿ ਮੈਂ ਤੁਹਾਨੂੰ ਪਿੱਛੇ ਜੇ ਕਹਿ ਕੇ ਹਟਿਆ ਸੀ ਪਿਛਲੀ ਵੀਡੀਓ ਦੇ ਵਿੱਚ ਕਿ ਮੈਂ ਵਰਕ ਪਰਮਿਟ ਦੀ ਉੱਤੇ ਵੀਡੀਓ ਲੈ ਕੇ ਆ ਰਿਹਾ ਕਿ ਤਿੰਨਾਂ ਕੰਟਰੀਆਂ ਦਾ ਜਿਹੜਾ ਕਿ ਵਰਕ ਪਰਮਿਟ ਮੈਂ ਜਿਹੜਾ ਕਿ ਤੁਹਾਨੂੰ ਦੱਸਣਾ ਹੈ ਕਿ ਓਪਨ ਹੋਣ ਜਾ ਰਿਹਾ ਹੈ ਤੇ ਮੈਂ ਕਹਿ ਰਿਹਾ ਕਿ 1000 ਲਾਈਕ ਹੋਊਗਾ ਤਾਂ ਫੇਰ ਹੀ ਵੀਡੀਓ ਛੱਡਣੀ ਆ ਪਰ ਨਹੀਂ ਮੈਨੂੰ ਲੱਗਾ ਕਿ ਆਪਾਂ ਇੱਕ ਗਲਤ ਚੀਜ਼ ਜਿੱਦਾ ਸਾਰੇ ਕਰਦੇ ਉਹ ਚੀਜ਼ ਨਹੀਂ ਕਰਨੀ ਚਾਹੀਦੀ ਜਿੰਨੇ ਭਰਾਵਾਂ ਨੇ ਲਾਈਕ ਆਪਣੇ ਦਿਲ ਨਾਲ ਕਰਦੇ ਤੇ ਕਰਦੇ ਤੇ ਖੁਸ਼ੀ ਦੇ ਨਾਲ ਸੋ ਚਲੋ ਜੀ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਤੇ ਵੀਡੀਓ ਨੂੰ ਕਰਦੇ ਆ ਸਟਾਰਟ ਜਿੱਦਾਂ ਕਿ ਯਾਰਾ ਤੁਹਾਨੂੰ ਪਤਾ ਹੀ ਆ ਕਿ ਵਰਕ ਪਰਮਿਟ ਦੇ ਆਪਣੇ ਵੀਰ ਕਾਫੀ ਵੇਡ ਕਰਦੇ ਸੀ ਕਿ ਚਲੋ ਚੰਗੀਆਂ ਕਿਸੇ ਕੰਟਰੀਆਂ ਦੇ ਵਰਕ ਪਰਮਿਟ ਆ ਜਾਣ ਤੇ ਆਪਾਂ ਜਿੱਦਾਂ ਕਿ ਮਤਲਬ ਕਿ ਵਰਕ ਪਰਮੰਟ ਲਵਾ ਲਈਏ ਚਲੋ ਵਰਕ ਪਰਮੰਟ ਚ ਬਹੁਤ ਜ਼ਿਆਦਾ ਸਹੂਲਤ ਹੋ ਜਾਂਦੀ ਆ ਬੰਦੇ ਨੂੰ ਕੰਮਕਾਰ ਮਿਲ ਜਾਂਦਾ ਆ ਜਾਂ ਦੂਸਰਾ ਬੰਦਾ ਪੱਕਾ ਵੀ ਹੋ ਜਾਂਦਾ ਆ ਜਿਸ ਕੰਟਰੀ ਨੇ ਵਰਕ ਪਰਮੰਟ ਖੋਲੀ ਹੋਣ ਉਹ ਮਤਲਬ ਕਿ ਪੇਪਰ ਵੀ ਦੇ ਦਿੰਦੀ ਆ ਹਨਾ ਕਈ ਨਹੀਂ ਦਿੰਦੀਆਂ ਕਈ ਲਗਭਗ ਦੇ ਹੀ ਦਿੰਦੀਆਂ ਨੇ ਹਨਾ ਵਰਕ ਪਰਮੰਟ ਨੂੰ ਕਿਉਂਕਿ ਜਿਹੜੇ ਕੰਮਕਾਰ ਤੇ ਗਏ ਹੋਣ ਉੱਥੇ ਇਹਨਾਂ ਦੇ ਵਿੱਚ ਤਿੰਨ ਕੰਟਰੀਆਂ ਨੇ ਮੇਨ ਤਿੰਨ ਕੰਟਰੀਆਂ ਦੇ ਵਰਕ ਪਰਮਿਟ ਆਏ ਆ ਕਿ ਤੁਸੀਂ ਵੀ ਸ਼ੋਅ ਦੇਖ ਸਕਦੇ ਹੋ ਮੈਂ ਇਹਦੇ ਉੱਤੇ ਪਾ ਦੂੰਗਾ ਨਿਊਜ਼ ਮੈਂ ਵੀ ਵੇਖੀ ਸੀਗੀ ਮੈਨੂੰ ਵੀ ਨੋਟੀਫਿਕੇਸ਼ਨ ਆਉਂਦੇ ਕਿਉਂਕਿ ਮੈਂ ਵੈਬਸਾਈਟਾਂ ਜਿਹੜੀਆਂ ਕਿ ਲਿੰਕ ਕੀਤੀਆਂ ਹੋਈਆਂ ਹਨਾ ਉਹਨਾਂ ਦਾ ਹੀ ਮੈਨੂੰ ਵੀ ਪਹੁੰਚਦੇ ਤਾਂ ਮੈਂ ਤੁਹਾਡੇ ਤੱਕ ਪਹੁੰਚਾਣਾ ਆ ਜਿੱਦਾਂ ਕਿ ਸਭ ਤੋਂ ਪਹਿਲਾਂ ਜਾਂਦੀ ਹੈ ਨਿਊਜ਼ੀਲੈਂਡ ਨਿਊਜ਼ੀਲੈਂਡ ਜਿਹੜੀ ਕਿ ਵਰਕ ਪਰਮਿਟ ਆਪਣੇ ਖੋਲਣ ਜਾ ਰਹੀ ਹੈ ਤੇ ਬੜੀ ਹੀ ਜਲਦੀ ਮਤਲਬ ਕਿ ਮੇਰੇ ਹਿਸਾਬ ਨਾਲ ਉਹਨਾਂ ਨੇ 13 ਮਾਰਚ ਨੂੰ ਜਿਹੜੇ ਕਿ ਆਪਣੇ ਵਰਕ ਪਰਮਿਟ ਖੋਲ ਦੇਣੇ ਆ ਨਿਊਜ਼ੀਲੈਂਡ ਨੇ ਨਿਊਜ਼ੀਲੈਂਡ ਨੇ ਇਹ ਵੀ ਕਿ ਨਾਲ ਕਿਹਾ ਹੋਇਆ ਵਾ ਕਿ ਕਿਉਂਕਿ ਜਿੱਦਾਂ ਪਹਿਲਾਂ ਸੀਗਾ ਕਿ ਕੋਵਿਡ ਦੇ ਵਿੱਚ ਜਿਹੜੇ ਕਿ ਨਿਊਜ਼ੀਲੈਂਡ ਵੀਰ ਆਪਣੇ ਉੱਥੇ ਗਏ ਹੋਈ ਸੀਗੇ ਤੇ ਉਹਨਾਂ ਨੇ ਫਲੈਟ ਆਫ ਫਲੂਟਾ ਬੰਦ ਕਰ ਦਿੱਤੀਆਂ ਸੀਗੀਆਂ ਤੇ ਆਪਣੇ ਪਰਿਵਾਰਾਂ ਨੂੰ ਜਿਹੜੇ ਨਹੀਂ ਮੰਗਾ ਸਕੇ ਸੀਗੇ ਕਿਉਂਕਿ ਆਪਣੇ ਵੀਰ ਜਿਹੜੇ ਕਈ ਹੈਗੇ ਆ ਫਿਰ ਪਿੱਛੇ ਉਹ ਰਹਿ ਜਾਂਦੇ ਆ ਹਨਾ ਤੇ ਹੁਣ ਉਹਨਾਂ ਨੇ ਕਰ ਦਿੱਤਾ ਵਾ ਕਿ ਜਿਹੜਾ ਮੇਰਾ ਵੀਰ ਆ ਆਪਣੀ ਮਤਲਬ ਕਿ ਵਾਈਫ ਨੂੰ ਤੇ ਆਪਣੀ ਮਦਰ ਨੂੰ ਮਤਲਬ ਮਤਲਬ ਕਿ ਮਾਪਿਓ ਨੂੰ ਮੰਗਾ ਸਕਦਾ ਆ ਜੇ ਤੁਸੀਂ ਵਰਕ ਪਰਮਨੈਂਟ ਦੇ ਉੱਤੇ ਨਿਊਜ਼ੀਲੈਂਡ ਦੇ ਉੱਤੇ ਗਏ ਹੋ ਤੇ ਮੈਂ ਤੁਹਾਨੂੰ ਨਿਊਜ਼ ਵੀ ਇੱਥੇ ਦੇ ਦੂੰਗਾ ਪੂ ਇੱਕ ਵਾਰੀ ਕਿ ਜਿੱਦਾਂ ਕਿ ਮਤਲਬ ਕਿ ਕੋਵਿਡ ਦੇ ਵਿੱਚ ਉਹ ਕਹਿੰਦੇ ਸੀਗੇ ਕਿ ਆਪਣੇ ਮਤਲਬ ਕਿ ਘਰਦਿਆਂ ਨੂੰ ਮਿਲ ਵੀ ਨਹੀਂ ਸਕੇ ਕਿਉਂਕਿ ਫਲੈਟਾਂ ਹੋ ਗਿਆ ਸੀਗਾ ਹੁਣ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਮਤਲਬ ਕਿ ਉਹਨਾਂ ਦਾ ਵੀ ਵੀਜ਼ਾ ਲਵਾ ਕੇ ਨਾਲ ਲੈ ਆ ਸਕਦੇ ਹੋ ਸਹੀ ਹੈ ਬਾਕੀ ਫੁੱਲ ਜਿਹੜੀ ਖਬਰ ਹੈਗੀ ਮੈਂ ਤੁਹਾਨੂੰ ਨਾਲ ਇੱਥੇ ਦੇ ਦੂੰਗਾ ਤੁਸੀਂ ਸਾਰੇ ਜਾਨੇ ਪੜ੍ਹ ਲਿਓ ਕਿ ਸੁਨਹਿਰੀ ਮੌਕਾ ਆ ਵਧੀਆ ਵਹਿ ਕਿ 13 ਮਾਰਚ ਤੋਂ ਮੇਰੇ ਹਿਸਾਬ ਨਾਲ ਸ਼ੁਰੂ ਹੋਣ ਲੱਗਾ ਸ਼ਾਇਦ ਡੇਟ ਮੇਰੇ ਕੋ ਇੱਕ ਅੱਧੀ ਹੋ ਜੂਗੀ ਕਿਉਂਕਿ ਮੈਂ ਇਦਾਂ ਹੀ ਦੇਖ ਕੇ ਤਾਂ ਬਣਾ ਰਿਹਾ ਹਾਂ ਤੇ ਸਾਹਮਣੇ ਤੁਹਾਨੂੰ ਸਕਰੀਨ ਦੇ ਉੱਤੇ ਮੈਂ ਤੁਹਾਨੂੰ ਸਕਰੀਨਸ਼ਾਟ ਪਾ ਦੂੰਗਾ ਸਕਰੀਨਸ਼ਾਟ ਦੇਖ ਤੇ 13 ਮਾਰਚ ਨੂੰ ਜਿਹੜੇ ਕਿ ਵੀਜ਼ੇ ਖੁੱਲਣ ਜਾ ਰਹੇ ਨੇ ਸੋ ਮੇਰੇ ਵੀਰ ਜਿੰਨੇ ਵੀ ਹੈਗੇ ਆ ਚਲੋ ਜਿਨ੍ਹਾਂ ਨੇ ਨਿਊਜ਼ੀਲੈਂਡ ਜਾਣਾ ਹੈਗਾ ਵਰਕ ਪਰਮਿਟ ਦੇ ਉੱਤੇ ਉਹ ਵੀਰ ਮੇਰੇ ਜਰੂਰ ਭਰਿਓ ਤੇ ਆਪਣੇ ਵੀਰਾਂ ਦੇ ਨਾਲ ਜਿਹੜਾ ਕੋਈ ਤੁਹਾਡਾ ਦਰ ਰਿਸ਼ਤੇਦਾਰ ਜਾਂ ਕੋਈ ਹੈਗਾ ਹੈ ਉਹਦੇ ਨਾਲ ਸੰਪਰਕ ਕਰਿਓ ਸੋ ਵੀਡੀਓ ਵੀ ਦਿਖਾਓ ਜਾਂ ਫਿਰ ਆ ਮੈਂ ਜਿਹੜਾ ਤੁਹਾਨੂੰ ਸ਼ੇਅਰ ਕਰਨ ਲੱਗਾ ਉਹ ਵੀ ਲਿੰਕ ਦਿਖਾਓ ਇਹ ਮਤਲਬ ਕਿ ਵੈਬਸਾਈਟ ਤੇ ਸ਼ੈਨਗਨ ਵੀਜ਼ਾ ਵੈਬਸਾਈਟ ਦੇ ਉੱਤੇ ਚੜਿਆ ਹੋਇਆ ਆ ਤੁਸੀਂ ਪੜ੍ਹ ਲਗੇ ਕਿਸੇ ਵੀ ਵੀਰ ਮੇਰੇ ਨੂੰ ਦੇਖ ਲਿਓ ਜਾਂ ਫਿਰ ਗੂਗਲ ਦੇ ਉੱਤੇ ਸਰਚ ਕਰ ਲਿਓ ਠੀਕ ਆ ਜੀ ਤੇ ਅਗਲੀ ਵੀਡੀਓ ਆ ਜਾਂਦੀ ਹੈ ਸਵਿਟਜ਼ਰਲੈਂਡ ਦੀ ਸਵਿਟਜ਼ਰਲੈਂਡ ਵੀ ਜਿਹੜਾ ਮਤਲਬ ਕਿ ਆਪਣਾ ਕੀ ਵਰਕ ਪਰਮਿਟ ਜਿਹੜਾ ਕਿ ਖੋਲਣ ਜਾ ਰਿਹਾ ਵੈ ਤੇ ਵਰਕ ਪਰਮਿਟ ਦੇ ਉੱਤੇ ਉਹਨਾਂ ਨੇ ਇਹ ਰੱਖਿਆ ਹੋਇਆ ਵੈ ਕਿ ਜਿਹੜਾ ਮੇਰਾ ਵੀਰ ਕਾਮਕਾਰ ਜਿਹਨਾਂ ਨੂੰ ਆਉਂਦਾ ਆ ਜਿੱਦਾਂ ਮਤਲਬ ਕਿ ਕੋਈ ਵੀਰ ਲਾਲੋ ਜਿੱਦਾਂ ਪਲੰਬਰੀ ਦਾ ਕੰਮ ਆਉਂਦਾ ਆ ਜਾਂ ਹੋਰ ਲਾਲੋ ਇਲੈਕਟ੍ਰੋਨਿਕ ਦਾ ਕੰਮ ਆਉਂਦਾ ਆ ਜਾਂ ਕਿਸੇ ਵੀ ਤਰ੍ਹਾਂ ਦਾ ਕਿਸੇ ਨੂੰ ਕੰਮ ਆਉਂਦਾ ਆ ਤੇ ਵਰਕਰਾਂ ਦੀ ਲੋੜ ਹੈ ਉਹਨਾਂ ਨੂੰ ਮਤਲਬ ਕਿ ਉਹਨਾਂ ਨੂੰ ਜਿਨ੍ਹਾਂ ਨੂੰ ਨਹੀਂ ਵੀ ਕੁਝ ਹੁੰਦਾ ਜਿਨ੍ਹਾਂ ਨੂੰ ਜ਼ਮੀਨੀ ਪੱਧਰ ਤੇ ਕੰਮ ਹੁੰਦਾ ਜੇ ਮੇਰੇ ਵਰਗਾ ਲੇਬਰ ਕੋਈ ਜਾਣਾ ਚਾਹੁੰਦਾ ਹੋਵੇ ਉਹ ਵੀ ਉੱਥੇ ਜਾ ਸਕਦਾ ਵੈ ਉਹ ਥੀ ਨਿਊਜ਼ੀਲੈਂਡ ਉਹ ਸੌਰੀ ਸਵਿਟਜ਼ਰਲੈਂਡ ਇਹ ਕਹਿੰਦਾ ਪਿਆ ਵੈ ਕਿ ਮੈਂ ਉਹਨਾਂ ਨੂੰ ਮਤਲਬ ਕੀ ਪੇਪਰ ਵੀ ਦਊਂਗਾ ਸਹੀ ਆ ਜੀ ਪੇਪਰ ਵੀ ਮਿਲਣਗੇ ਪੱਕੇ ਵੀ ਹੋਣਗੇ ਵੀਰ ਮੇਰੇ ਸੋ ਬਾਕੀ ਆਪਣੇ ਕੰਮ ਦੇ ਆਧਾਰ ਤੇ ਡਿਪੈਂਡ ਕਰਦਾ ਕੰਪਨੀ ਕਿਦਾਂ ਦੀ ਤੁਹਾਨੂੰ ਮਿਲਦੀ ਆ ਕਿਦਾਂ ਦੀ ਨਹੀਂ ਮਿਲਦੀ ਆ ਹਨਾ ਸੋ ਮੇਰਾ ਕੰਮ ਸੀਗਾ ਤੁਹਾਨੂੰ ਦੱਸਣਾ ਕਿ ਹਾਂ ਵੀ ਆਹ ਤਿੰਨਾਂ ਕੰਟਰੀਆਂ ਦੇ ਜਿਹੜੇ ਕੀ ਵੀਜ਼ਾ ਜਿਹੜੇ ਓਪਨ ਹੋ ਰਹੇ ਨੇ ਫਿਰ ਅੱਗੇ ਆ ਜਾਂਦੀ ਆਪਣੀ ਜਰਮਨੀ ਜਰਮਨੀ ਦਾ ਜਿਹੜਾ ਗਿਆ ਹੈ ਕਿ ਜਰਮਨੀ ਨੇ ਕਿਹਾ ਹੈ ਕਿ ਮੈਂ ਪਿਛਲੇ ਸਾਲ ਜਿਹੜੇ ਮਤਲਬ 2021 ਪਹਿਲਾਂ 2020 'ਚ ਉਹਨਾਂ ਨੇ 30000 ਬੰਦੇ ਨੂੰ ਵਰਕ ਪਰਮਿਟ ਦਿੱਤਾ ਸੀਗਾ ਹੁਣ ਉਹਨਾਂ ਨੇ ਇਸ ਵਾਰ 2021 ਦੇ ਵਿੱਚ 60000 ਵਰਕਰ ਨੂੰ ਜਿਹੜਾ ਮਤਲਬ ਕਿ ਵਰਕ ਪਰਮੈਂਟ ਦਿੱਤਾ ਹੋਇਆ ਸੀਗਾ ਤੇ ਸੋ ਹੁਣ ਉਹਨਾਂ ਨੇ ਇਹ ਦਾ ਇਹ ਕਿਹਾ ਹੋਇਆ ਵਾ ਕਿ ਸ਼ਾਇਦ ਇਸ ਵਾਰ ਜਿਹੜਾ ਕਿ ਇਹਨਾਂ ਦਾ ਜਿਹੜਾ ਕਿ ਜ਼ਿਆਦਾ ਮਤਲਬ ਕਿ ਵਰਕਰ ਸਾਧਨੋ ਮੰਨ ਲਓ ਕਿ 80000 ਵੀ ਹੋ ਸਕਦਾ ਲਗਭਗ 90000 ਵੀ ਹੋ ਸਕਦਾ ਲੱਖ ਵੀ ਹੋ ਸਕਦਾ ਬਾਕੀ ਉਹਨਾਂ ਨੇ ਪੂਰਾ ਨਹੀਂ ਦੱਸਿਆ ਹੋਇਆ ਕਿ ਅਸੀਂ ਕਿੰਨਾ ਵਰਕਰ ਇਸ ਵਾਰ ਬੁਲਾਣਾ ਹੈ ਸੋ ਥੋੜਾ ਜਿਹਾ ਤੁਸੀਂ ਵੀ ਨੋਟੀਫਿਕੇਸ਼ਨ ਦੇਖਿਆ ਕਰੋ ਜਾਂ ਥੋੜੀ ਜੀ ਨੌਲੇਜ ਰੱਖਿਆ ਕਰੋ ਹਨਾ ਤੇ ਗੂਗਲ ਦੇ ਉੱਤੇ ਸਰਚ ਕਰਿਆ ਕਰੋ ਕਿਉਂਕਿ ਗੂਗਲ ਟਾਈਮ ਜਾਂ ਟਾਈਮ ਟਾਈਮ ਨਿਊਜ਼ ਹੈ ਜਿਹੜੀ ਉਹਦੇ ਉੱਤੇ ਵੀ ਸਾਰਾ ਕੁਝ ਹੁੰਦਾ ਆ ਬਾਹਰ ਲਈ ਖਬਰਾਂ ਹੁੰਦੀਆਂ ਨੇ ਤੁਸੀਂ ਸਾਰੇ ਮੇਰੇ ਵੀਰ ਦੇਖਿਆ ਕਰੋ ਤੇ ਜਰਮਨੀ ਚ ਉਹਦੀ ਥੋੜਾ ਜਿਹੀ ਸੁਨਹਿਰੀ ਮੌਕਾ ਆਉਣ ਵਾਲਾ ਵੇ ਮੇਰੇ ਭਰਾ ਵੀਰ ਜਿੰਨੇ ਵੀ ਕੋਈ ਹੈਗਾ ਆ ਉੱਥੇ ਜਰੂਰ ਪੇਪਰ ਪਾ ਮਤਲਬ ਕਿ ਆਪਣਾ ਵਰਕ ਪਰਮਿੰਟ ਭਰ ਲਿਓ ਸੋ ਨਿਊਜ਼ੀਲੈਂਡ ਦਾ ਵੀ ਇਹੀ ਆ ਕਿ ਥੋੜਾ ਬਹੁਤਾ ਬੰਦੇ ਨੂੰ ਜਿਹੜਾ ਕਿ ਆਪਣਾ ਕਾਮਕਾਰ ਆਉਣਾ ਚਾਹੀਦਾ ਆ ਹਨਾ ਕੋਈ ਕਾਮਕਾਰ ਦੇ ਆਧਾਰ ਤੇ ਤੁਸੀਂ ਆਪਣਾ ਭਰ ਸਕਦੇ ਹੋ ਜਾਂ ਰੰਗ ਦਾ ਕੰਮ ਹੁੰਦਾ ਜਾਂ ਮਿਸਤਰੀ ਦਾ ਕੰਮ ਹੁੰਦਾ ਵੇ ਜਦ ਬਿਲਡਿੰਗ ਲੈਂਡ ਦਾ ਕੰਮ ਜਾਂ ਕੁਛੇ ਵੀ ਤਰ੍ਹਾਂ ਦਾ ਜਿਹੜਾ ਤੁਹਾਨੂੰ ਕੰਮ ਆਉਂਦਾ ਜਾਂ ਬਿਲਡਿੰਗ ਦਾ ਕੰਮ ਆਉਂਦਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਕੰਮ ਆਉਂਦਾ ਜਾਂ ਘਾਰਾਂ ਦਾ ਕੰਮ ਆਉਂਦਾ ਜਾਂ ਕਿਸੇ ਵੀ ਤਰ੍ਹਾਂ ਦਾ ਆਉਂਦਾ ਤੁਸੀਂ ਮਤਲਬ ਕਿ ਆਪਣਾ ਨਿਊਜ਼ੀਲੈਂਡ ਦਾ ਵੀ ਭਰ ਸਕਦੇ ਹੋ ਠੀਕ ਆ ਵਰਕ ਅਪਾਰਟment ਬਾਕੀ ਤੁਸੀਂ ਖੁਦ ਵੀ ਭਰ ਸਕਦੇ ਹੋ ਜੇ ਤੇ ਏਜੰਟ ਕੋਲ ਭਰਉਣਾ ਉਹ ਤੇ ਤੁਹਾਨੂੰ ਪਤਾ ਹੀ ਨਾਲ ਠੋਪੂ ਲਾਉਣਾ ਹੀ ਲਾਉਣਾ ਜਿੰਨਾ ਮਰਜ਼ੀ ਕਰ ਲੋ ਕਿਸੇ ਨਾਲ ਹਣਾ ਸੋ ਥੋੜਾ ਜਿਹਾ ਆਪ ਆਪਣਾ ਕਰੋ ਆਪਣਾ ਵਿਚਾਰ ਕਰੋ ਥੋੜਾ ਜਿਹਾ ਦੇਖਿਆ ਕਰੋ ਥੋੜਾ ਪਤਾ ਮੇਰੇ ਭਰਾ ਕਈਆਂ ਨੂੰ ਨਹੀਂ ਵੀ ਪਤਾ ਲੱਗਦਾ ਹੈਗਾ ਤੇ ਨਹੀਂ ਆ ਤਾਂ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰਿਆ ਕਰੋ ਮੈਂ ਤੁਹਾਨੂੰ ਵੈਬਸਾਈਟਾਂ ਦੱਸਦਾ ਤੁਸੀਂ ਉੱਥੇ ਜਾ ਕੇ ਆਪਣਾ ਮਤਲਬ ਕਿ ਲੈਂਗੁਏਜ ਯਾਰ ਪੰਜਾਬੀ ਵੀ ਹੋ ਜਾਂਦੀ ਹੈ ਇੰਗਲਿਸ਼ ਹੋਵੇ ਤੇ ਹਣਾ ਪੰਜਾਬੀ ਵੀ ਹੋ ਜਾਂਦੀ ਆ ਆਰਾਮ ਨਾਲ ਤੇ ਮੈਂ ਵੀ ਇਦਾਂ ਹੀ ਜਾਣਕਾਰੀ ਮੈਨੂੰ ਮੇਰੇ ਕੋਲ ਵੀ ਆਉਂਦੀ ਆ ਸੋ ਮੈਂ ਤੁਹਾਡੇ ਤੱਕ ਪਹੁੰਚਾਉਣਾ ਮੈਂ ਤੇ ਵੀਰ ਦੀ ਵੀਡੀਓ ਨੂੰ ਲਾਈਕ ਕਰਨਾ ਨਹੀਂ ਭੁੱਲਣਾ ਤੁਸੀਂ ਸਹੀ ਹੈ ਮੈਂ ਇਦਾਂ ਦੀਆਂ ਵੀਡੀਓ ਹੋਰ ਵੀ ਲੈ ਕੇ ਆਂਦਾ ਰਹੂੰਗਾ ਤਿੰਨ ਕੰਟਰੀਆਂ ਦੇ ਵਰਕ ਪਰਮਿਟ ਜਿਹੜੇ ਕਿ ਓਪਨ ਹੋਣ ਲੱਗੇ ਨੇ ਤੇ ਥੋੜੇ ਜੇ ਮੇਰੇ ਵੀਰ ਕਰ ਲਿਓ ਕਿਉਂਕਿ ਨਿਊਜ਼ੀਲੈਂਡ ਦੇ ਜਿਹੜੇ 13 ਨੂੰ ਕਿ 14 ਨੂੰ ਮੇਰੇ ਸਾਬ ਨਾਲ ਇਸ ਇਸ ਤਰੀਕ ਤਰੀਕ ਨੂੰ ਮਤਲਬ ਕਿ ਜਿਹੜੇ ਓਪਨ ਹੋਣ ਵਾਲੇ ਨੇ ਸੋ ਬਾਕੀ ਮੈਂ ਪੂਰੀ ਡਿਟੇਲ ਪਾ ਦੂੰਗਾ ਬਾਕੀ ਇੰਸਟਾਗ੍ਰam ਦੇ ਉੱਤੇ ਵੀ ਮੈਂ ਜਿਹੜਾ ਕਿ ਆਪਣਾ ਸਕਰੀਨ ਸਕਰੀਨਸ਼ਾਟ ਖਿੱਚ ਕੇ ਲਾ ਦੂੰਗਾ ਤੁਸੀਂ ਉਹਦੇ ਉੱਤੋਂ ਵੀ ਤੁਸੀਂ ਪੜ ਸਕਦੇ ਹੋ ਸਹੀ ਹੈ ਜੀ ਉੱਥੋਂ ਵੀ ਪੜ ਤੇ ਬਾਕੀ ਜਿਹੜੀ ਰਹਿੰਦੀ ਖੁੰਦੀ ਹੋਊਗੀ ਬਾਕੀ ਇੱਥੇ ਪੂਰਾ ਕਰ ਲਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜੇ ਵੀਡੀਓ ਵਧੀਆ ਲੱਗਦੀ ਹੋਊਗੀ ਤਾਂ ਲਾਈਕ ਜ਼ਰੂਰ ਕਰਿਓ ਲਾਈਕ ਜੀ ਕਰਨਾ ਨਾ ਭੁੱਲਿਓ ਤੇ ਹੋਰ ਵੀ ਕੋਈ ਵੀਡੀਓ ਅੱਗੇ ਤਾਂ ਜ਼ਰੂਰ ਤੁਹਾਡੇ ਤੱਕ ਪਹੁੰਚਾਉਂਗਾ ਠੀਕ ਹੈ ਜੀ ਬਾਕੀ ਇਹ ਗੱਲ ਹੈਗੀ ਆ ਕਿ ਜੇ ਕੋਈ ਜਿੱਦਾਂ ਦਾ ਕੰਮ ਹੋਇਆ ਕੁਆਲੀਫਿਕੇਸ਼ਨ ਵੀ ਓਦਾਂ ਦੀ ਆ ਘੱਟੋ ਘੱਟ ਤੁਹਾਨੂੰ 10 ਤੇ ਪੜੇ ਪੜੇ ਹੋਣਾ ਹੀ ਚਾਹੀਦਾ ਵੱਧ ਤੋਂ ਵੱਧ ਕੋਲ ਜਾਂ 8ਵੀਂ ਦਾ ਸਰਟੀਫਿਕੇਟ ਜਾਂ 10ਵੀਂ ਦਾ ਹੋਣਾ ਚਾਹੀਦਾ ਜੇ ਤੁਸੀਂ ਮੰਨ ਲਓ ਕਿਸੇ ਡਿਕਲੋਮੇ ਜਾਂ ਕਿਸੇ ਵੀ ਤਰ੍ਹਾਂ ਦੇ ਚੱਲੇ ਕਿਉਂਕਿ ਕਈਆਂ ਨੇ ਮੋਬਾਈਲ ਦਾ ਡਿਕਲੋਮਾ ਕੀਤਾ ਹੁੰਦਾ ਕੋਈ ਕਿਸੇ ਨੇ ਕਿਸੇ ਤਰ੍ਹਾਂ ਦਾ ਡਿਕਲੋਮਾ ਕੀਤਾ ਹੁੰਦਾ ਉਹ ਅਗਲੇ ਕਹਿੰਦੇ ਜੇ ਤੁਸੀਂ ਇਸ ਚੀਜ਼ ਦਾ ਡਿਕਲੋਮਾ ਕੀਤਾ ਜਿੱਦਾਂ ਹੁਣ ਮੰਨ ਲਓ ਕਿ ਮੋਬਾਈਲਾਂ ਦਾ ਵੀ ਜਿਹੜਾ ਕੋਈ ਕੰਮ ਸਿੱਖਦਾ ਹੈ ਉਹਨੂੰ ਵੀ ਮਤਲਬ ਕੋਈ ਸਾਲ ਦੋ ਸਾਲ ਤੇ ਲਾ ਕੇ ਹੀ ਸਿੱਖਦਾ ਹੈ ਹਨਾ ਉਸ ਚੀਜ਼ ਦਾ ਵੀ ਐਕਸਪੀਰੀਅੰਸ ਆਪਣਾ ਜਿਹੜਾ ਕਿ ਨਾਲ ਬਣਾ ਲਿਓ ਤੇ ਵਧੀਆ ਜਾ ਕਿਉਂਕਿ ਜੇ ਇਸ ਚੀਜ਼ ਦਾ ਐਕਸਪੀਰੀਅੰਸ ਬਣਾਵਾਂਗੇ ਗਿਲਨ ਪਤਾ ਲੱਗੂਗਾ ਕਿ ਭਾਈ ਵਧੀਆ ਕੰਮ ਕਰਦਾ ਹੈ ਹਨਾ ਜਾਂ ਕਿਤੇ ਵੀ ਤੁਸੀਂ ਕਿਸੇ ਜੋਬ ਕੀਤੀ ਆ ਜਾਂ ਉੱਥੋਂ ਤੁਸੀਂ ਲੈ ਲਿਓ ਹਨਾ ਉਹ ਵੀ ਆਪਣ ਕਿ ਹਾਂ ਵੀ ਮੈਂ ਆ ਚੀਜ਼ ਮੈਨੂੰ ਪ੍ਰੋਪਰ ਹੁੰਦੀ ਆ ਤਾਂ ਮੈਂ ਇਸ ਚੀਜ਼ ਦਾ ਮੇ ਕੋਲ ਕੋਲੋਮਾ ਆ ਜਾਂ ਮੈਂ ਇਸ ਚੀਜ਼ ਨਾਲ ਕੀਤਾ ਹੋਇਆ ਹਨਾ ਸੋ ਥੋੜਾ ਜਿਹਾ ਆਪਣਾ ਵੀਡੀਓ ਮੇਰਾ ਮਕਸਦ ਇਹੀ ਹੁੰਦਾ ਆ ਯਾਰ ਕਿ ਆਪਣੇ ਵੀਰਾਂ ਦੇ ਨਾਲ ਵੱਧ ਤੋਂ ਵੱਧ ਗੱਲ ਸ਼ੇਅਰ ਕਰਾਂ ਹਨਾ ਕਿ ਹਰ ਵੀਰ ਮੇਰਾ ਜਿਹੜਾ ਕਿ ਵਧੀਆ ਯਾਰ এডਿਕੇਸ਼ਨ ਉਹ ਮਿਲੇ ਕਿਸੇ ਨੂੰ ਹਨਾ ਕੋਈ ਨੌਲੇਜ ਮਿਲਦੀ ਮੇਰੇ ਭਰਾ ਥੋੜਾ ਬਹੁਤਾ ਉੱਥੇ ਵੀ ਜਾ ਕੇ ਪੁਰਤਗਾਲ ਜਾ ਕੇ ਵੀ ਮੇਰੇ ਵੀਰ ਹਾਂ ਵੀ ਕਮੈਂਟ ਕਰਦੇ ਕਿ ਵੀਰੇ ਜਿੱਦਾਂ ਤੂੰ ਕਹਿਣਾ ਸੀਗਾ ਕਿ ਉਹੀ ਗੱਲਾਂ ਇੱਥੇ ਆ ਕੇ ਹੁੰਦੀਆਂ ਨੇ ਹਾਂ ਵੀ ਜਾਂ ਜਰਮਨ ਵਾਲੇ ਵੀਰਾਂ ਨੇ ਵੀ ਕਿਹਾ ਸੀਗਾ ਇੱਕ ਵਾਰੀ ਹਨਾ ਕਿ ਵੀਰੇ ਜਿੱਦਾਂ ਤੁਸੀਂ ਕਹਿਨੇ ਹੋ ਜਿੱਦਾਂ ਅਸੀਂ ਪੁਰਤਕਾ ਜਰਮਨ ਤੋਂ ਉੱਥੇ ਗਏ ਸੀ ਉਹੀ ਚੀਜ਼ ਹੋਈ ਆ ਕਿ ਤੂੰ ਹਾਂ ਵੀ ਵੀਡੀਓ ਦੱਸਦਾ ਆ ਮੇਰਾ ਮਕਸਦ ਯਾਰ ਇਹੀ ਆ ਮੀਨ ਕਿ ਆਪਣੇ ਭਰਾਵਾਂ ਨੂੰ ਯਾਰ ਸੱਚਾਈ ਦੱਸਾਂ ਹਨਾ ਕੱਲੂ ਤੂੰ ਮੈਂ ਤੁਹਾਨੂੰ ਝੂਠ ਬੋਲੀ ਜਾਵਾਂ ਇੱਥੋਂ ਕਿ ਆਹ ਚੀਜ਼ ਉੱਥੇ ਹੋ ਰਹੀ ਆ ਜਾਂ ਆਹ ਚ ਇੰਨੇ ਪੈਸੇ ਮਿਲ ਰਹੇ ਉੱਥੇ ਇੰਨੇ ਪੈਸੇ ਮਿਲ ਰਹੇ ਹਨਾ ਤੇ ਮਿਲੇ ਉੱਥੇ ਕੁਝ ਵੀ ਨਾ ਤਾਂ ਤੁਸੀਂ ਜਾ ਕੇ ਮੈਨੂੰ ਮੁੜ ਕੇ ਗਾਲਾਂ ਹੀ ਕੱਢਣੀਆਂ ਕਿ ਭਰਾ ਤੂੰ ਇਦਾਂ ਕਹਿਣਾ ਸੀ ਉਦਾਂ ਕਹਿਣਾ ਸੀ ਹਨ ਸੋ ਬਾਕੀ ਜੇ ਕਿਸੇ ਹੋਰ ਵੀ ਕੰਟਰੀ ਦੇ ਵੀਜ਼ਾ ਬਾਕੀ ਜੇ ਮੇਰੇ ਕੋਲ ਹੋਰ ਵੀ ਕਿਸੇ ਕੰਟਰੀ ਦੀ ਅਪਡੇਟ ਆਈ ਤਾਂ ਮੈਂ ਤੁਹਾਡੇ ਨਾਲ ਜਰੂਰ ਸਾਂਝੀ ਕਰੂੰਗਾ ਤੇ ਵੀਡੀਓ ਨੂੰ ਵਾਤਵਾਤ ਦੇਖਿਓ ਤੇ ਲਾਈਕ ਕਰਿਓ ਇੰਸਟਾਗ੍ਰam ਤੇ ਭਰਾ ਨੂੰ ਜਰੂਰ ਫੋਲੋ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਰੱਬ ਰੱਖਾ ਜੀ